ਦਿਨ ਦਿਹਾੜੇ ਇੱਕ ਚੋਰ ਦੇ ਵੱਲੋਂ ਸਾਈਕਲ ਨੂੰ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ। ਪਹਿਲਾਂ ਤਾਂ ਉਸਨੇ ਘਰ ਦੀ ਕਾਫੀ ਦੇਰ ਤੱਕ ਰੇਕੀ ਕੀਤੀ ਅਤੇ ਜਿਵੇਂ ਹੀ ਉਸਨੂੰ ਮੌਕਾ ਮਿਲਿਆ ਤਾਂ ਸਾਈਕਲ ਚੁੱਕ ਕੇ ਫਰਾਰ ਹੋ ਗਿਆ। ਹਾਲਾਂਕਿ ਇਹੀ ਨਹੀਂ, ਚੋਰ ਨੇ ਇੱਕ ਘਰ ਦੇ ਵਿੱਚੋਂ ਸਿਲੰਡਰ ਵੀ ਚੋਰੀ ਕੀਤਾ, ਪਰ ਜਿਵੇਂ ਹੀ ਉਸ ਘਰ ਦੇ ਵਿੱਚੋਂ ਔਰਤ ਨਿਕਲ ਕੇ ਬਾਹਰ ਆਉਂਦੀ ਹੈ ਤਾਂ ਚੋਰ ਸਿਲੰਡਰ ਨੂੰ ਗਲੀ ਦੇ ਵਿੱਚ ਛੱਡ ਕੇ ਹੀ ਫਰਾਰ ਹੋ ਜਾਂਦਾ ਹੈ ਤੇ ਘਟਨਾ ਸੀਸੀਟੀਵੀ ਦੇ ਵਿੱਚ ਵੀ ਕੈਦ ਹੋਈ ਹੈ। ਤਸਵੀਰਾਂ ਦੇ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਇੱਕ ਸ਼ਖਸ ਘਰ ਦੀ ਦੀਵਾਰ ਦੇ ਨਾਲ ਖੜਾ ਨਜ਼ਰ ਆ ਰਿਹਾ। ਹਾਲਾਂਕਿ ਇਸ ਦੀਆਂ ਨਜ਼ਰਾਂ ਜੋ ਨੇ ਉਹ ਗਲੀ ਦੇ ਵਿੱਚ ਚਾਰੋਂ ਪਾਸੇ ਨੇ ਕਿ ਆਖਰ ਕਦੋਂ ਗਲੀ ਦੇ ਵਿੱਚ ਮਾਹੌਲ ਸ਼ਾਂਤ ਹੋਵੇ ਤੇ ਉਹ ਆਪਣੀ ਵਾਰਦਾਤ ਨੂੰ ਅੰਜਾਮ ਦੇਵੇ। ਪਰ ਜਿਵੇਂ ਹੀ ਉਸ ਨੂੰ ਮੌਕਾ ਮਿਲਦਾ ਤਾਂ ਉਹ ਘਰ ਦੇ ਵਿੱਚ ਦਾਖਲ ਹੋ ਕੇ ਆਪਣੇ ਸਿਰ ਤੇ ਪਹਿਲਾਂ ਤਾਂ ਸਿਲੰਡਰ ਨੂੰ ਚੱਕ ਕੇ ਲੈ ਕੇ ਆਉਂਦਾ ਤੇ ਜਿਵੇਂ ਹੀ ਸਿਲੰਡਰ ਲਿਆ ਕੇ ਗਲੀ ਦੇ ਵਿੱਚ ਰੱਖਦਾ ਤਾਂ ਉਸ ਘਰ ਦੇ ਵਿੱਚੋਂ ਇੱਕ ਔਰਤ ਨਿਕਲਦੀ ਹੈ, ਜਿਸ ਨੂੰ ਦੇਖ ਕੇ ਉਹ ਮੌਕੇ ਤੋਂ ਹੀ ਸਿਲੰਡਰ ਛੱਡ ਕੇ ਫਰਾਰ ਹੋ ਜਾਂਦਾ ਹੈ। ਪਰ ਕਿਹਾ ਜਾ ਰਿਹਾ ਕਿ ਜਦੋਂ ਇੱਥੇ ਇਹ ਫੇਲ ਹੋਇਆ ਤਾਂ ਉਸ ਤੋਂ ਬਾਅਦ ਉਸਨੇ ਇੱਕ ਘਰ ਦੇ ਵਿੱਚੋਂ ਸਾਈਕਲ ਚੱਕਣ ਦੀ ਯੋਜਨਾ ਬਣਾਈ, ਜਿਸ ਨੂੰ ਉਹ ਚਲਾ ਕੇ ਖੁਦ ਹੀ ਮੌਕੇ ਤੋਂ ਫਰਾਰ ਹੋ ਗਿਆ। ਤਾਂ ਦੱਸ ਦਈਏ ਕਿ ਦੂਸਰੀ ਤਸਵੀਰ ਸਾਈਕਲ ਚੋਰੀ ਕਰਨ ਦੀ ਸਾਹਮਣੇ ਆਈ ਹੈ, ਜਿਸ ਦੇ ਵਿੱਚ ਉਸਨੇ ਇੱਕ ਘਰ 'ਚੋਂ ਸਾਈਕਲ ਚੁੱਕਿਆ ਅਤੇ ਦੋਵੇਂ ਘਟਨਾਵਾਂ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ। ਦਿਨ ਦਿਹਾੜੇ ਇੱਕ ਚੋਰ ਦੇ ਵੱਲੋਂ ਸਾਈਕਲ ਨੂੰ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ। ਪਹਿਲਾਂ ਤਾਂ ਉਸਨੇ ਘਰ ਦੀ ਕਾਫੀ ਦੇਰ ਤੱਕ ਰੇਕੀ ਕੀਤੀ ਅਤੇ ਜਿਵੇਂ ਹੀ ਉਸਨੂੰ ਮੌਕਾ ਮਿਲਿਆ ਤਾਂ ਸਾਈਕਲ ਚੁੱਕ ਕੇ ਫਰਾਰ ਹੋ ਗਿਆ। ਹਾਲਾਂਕਿ ਇਹੀ ਨਹੀਂ, ਚੋਰ ਨੇ ਇੱਕ ਘਰ ਦੇ ਵਿੱਚੋਂ ਸਿਲੰਡਰ ਵੀ ਚੋਰੀ ਕੀਤਾ, ਪਰ ਜਿਵੇਂ ਹੀ ਉਸ ਘਰ ਦੇ ਵਿੱਚੋਂ ਔਰਤ ਨਿਕਲ ਕੇ ਬਾਹਰ ਆਉਂਦੀ ਹੈ ਤਾਂ ਚੋਰ ਸਿਲੰਡਰ ਨੂੰ ਗਲੀ ਦੇ ਵਿੱਚ ਛੱਡ ਕੇ ਹੀ ਫਰਾਰ ਹੋ ਜਾਂਦਾ ਹੈ ਤੇ ਘਟਨਾ ਸੀਸੀਟੀਵੀ ਦੇ ਵਿੱਚ ਵੀ ਕੈਦ ਹੋਈ ਹੈ। ਤਸਵੀਰਾਂ ਦੇ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਇੱਕ ਸ਼ਖਸ ਘਰ ਦੀ ਦੀਵਾਰ ਦੇ ਨਾਲ ਖੜਾ ਨਜ਼ਰ ਆ ਰਿਹਾ। ਹਾਲਾਂਕਿ ਇਸ ਦੀਆਂ ਨਜ਼ਰਾਂ ਜੋ ਨੇ ਉਹ ਗਲੀ ਦੇ ਵਿੱਚ ਚਾਰੋਂ ਪਾਸੇ ਨੇ ਕਿ ਆਖਰ ਕਦੋਂ ਗਲੀ ਦੇ ਵਿੱਚ ਮਾਹੌਲ ਸ਼ਾਂਤ ਹੋਵੇ ਤੇ ਉਹ ਆਪਣੀ ਵਾਰਦਾਤ ਨੂੰ ਅੰਜਾਮ ਦੇਵੇ। ਪਰ ਜਿਵੇਂ ਹੀ ਉਸਨੂੰ ਮੌਕਾ ਮਿਲਦਾ ਤਾਂ ਉਹ ਘਰ ਦੇ ਵਿੱਚ ਦਾਖਲ ਹੋ ਕੇ ਆਪਣੇ ਸਿਰ ਤੇ ਪਹਿਲਾਂ ਤਾਂ ਸਿਲੰਡਰ ਨੂੰ ਚੱਕ ਕੇ ਲੈ ਕੇ ਆਉਂਦਾ ਤੇ ਜਿਵੇਂ ਹੀ ਸਿਲੰਡਰ ਲਿਆ ਕੇ ਗਲੀ ਦੇ ਵਿੱਚ ਰੱਖਦਾ ਤਾਂ ਉਸ ਘਰ ਦੇ ਵਿੱਚੋਂ ਇੱਕ ਔਰਤ ਨਿਕਲਦੀ ਹੈ, ਜਿਸ ਨੂੰ ਦੇਖ ਕੇ ਉਹ ਮੌਕੇ ਤੋਂ ਹੀ ਸਿਲੰਡਰ ਛੱਡ ਕੇ ਫਰਾਰ ਹੋ ਜਾਂਦਾ ਹੈ। ਪਰ ਕਿਹਾ ਜਾ ਰਿਹਾ ਕਿ ਜਦੋਂ ਇੱਥੇ ਇਹ ਫੇਲ ਹੋਇਆ ਤਾਂ ਉਸ ਤੋਂ ਬਾਅਦ ਉਸਨੇ ਇੱਕ ਘਰ ਦੇ ਵਿੱਚੋਂ ਸਾਈਕਲ ਚੱਕਣ ਦੀ ਯੋਜਨਾ ਬਣਾਈ, ਜਿਸ ਨੂੰ ਉਹ ਚਲਾ ਕੇ ਖੁਦ ਹੀ ਮੌਕੇ ਤੋਂ ਫਰਾਰ ਹੋ ਗਿਆ। ਤਾਂ ਦੱਸ ਦਈਏ ਕਿ ਦੂਸਰੀ ਤਸਵੀਰ ਸਾਈਕਲ ਚੋਰੀ ਕਰਨ ਦੀ ਸਾਹਮਣੇ ਆਈ ਹੈ, ਜਿਸ ਦੇ ਵਿੱਚ ਉਸਨੇ ਇੱਕ ਘਰ 'ਚੋਂ ਸਾਈਕਲ ਚੁੱਕਿਆ ਤੇ ਦੋਵੇਂ ਘਟਨਾਵਾਂ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ।